ਸਾਊਦੀ ਅਰਬ ਤੋਂ ਭਾਰਤੀਆਂ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਕਿਉਂਕਿ ਉੱਥੋਂ ਦੀ ਸਰਕਾਰ ਦੇ ਵੱਲੋਂ ਭਾਰਤੀ ਯਾਤਰੀਆਂ ਨੂੰ ਆਕਰਸ਼ਿਤ ਕਰਨ ਦੇ ਲਈ ਨਵੀਂ ਵੀਜ਼ਾ ਸੀਰੀਜ਼ ਦਾ ਐਲਾਨ ਕੀਤਾ ਗਿਆ ਜਿਸ ਦੇ ਤਹਿਤ ਭਾਰਤੀ ਲੋਕ ਆਸਾਨੀ ਨਾਲ ਹੁਣ ਸਾਊਦੀ ਅਰਬ ਦਾ ਵੀਜ਼ਾ ਹਾਸਲ ਕਰ ਸਕਣਗੇ। ਪੂਰੀ ਖਬਰ ਦੇਖਦੇ ਹਾਂ ਇਸ ਰਿਪੋਰਟ ਦੇ ਜ਼ਰੀਏ। ਸਾਊਦੀ ਅਰਬ ਦੇ ਵੱਲੋਂ ਭਾਰਤੀ ਯਾਤਰੀਆਂ ਨੂੰ ਆਕਰਸ਼ਿਤ ਕਰਨ ਦੇ ਲਈ ਨਵੀਂ ਵੀਜ਼ਾ ਸੀਰੀਜ਼ ਦਾ ਐਲਾਨ ਕੀਤਾ ਗਿਆ ਜਿਸ ਦੇ ਤਹਿਤ ਭਾਰਤ ਦੇ ਲੋਕ ਆਸਾਨੀ ਨਾਲ ਸਾਊਦੀ ਦਾ ਵੀਜ਼ਾ ਹਾਸਲ ਕਰ ਸਕਣਗੇ ਅਤੇ ਉੱਥੇ ਘੁੰਮ ਸਕਣਗੇ। ਦਰਅਸਲ ਸਾਊਦੀ ਸਰਕਾਰ ਦੇ ਵੱਲੋਂ ਸਪੋਟ ਓਵਰ ਵੀਜ਼ਾ, ਈ ਵੀਜ਼ਾ ਸਰਵਿਸ ਅਤੇ ਵੀਜ਼ਾ ਔਨ ਅਰਾਈਵਲ ਦੀ ਸੁਵਿਧਾ ਦਿੱਤੀ ਗਈ ਹੈ। ਇਹਨਾਂ ਵੀਜ਼ਿਆਂ ਦੇ ਜ਼ਰੀਏ ਸੈਲਾਨੀ ਰਿਆਦ ਅਤੇ ਜਿਹਾਦ ਵਰਗੇ ਸ਼ਹਿਰਾਂ ਦੇ ਨਾਲ ਨਾਲ ਲਾਲ ਸਾਗਰ ਅਤੇ ਅਲ ਉਲਾ ਵਰਗੇ ਪ੍ਰਾਚੀਨ ਸ਼ਹਿਰਾਂ ਦੇ ਵਿੱਚ ਘੁੰਮ ਸਕਣਗੇ। ਸਾਊਦੀ ਦੇ ਵੱਲੋਂ ਜਾਰੀ ਕੀਤੀ ਗਈ ਨਵੀਂ ਗਾਈਡਲਾਈਨ ਅਤੇ ਵੀਜ਼ਾ ਦੇ ਬਦਲਾਂ ਨੂੰ ਵੱਖ ਵੱਖ ਤਰ੍ਹਾਂ ਦੀ ਯਾਤਰਾ ਸਹੂਲਤ ਨੂੰ ਪੂਰਾ ਕਰਨ ਦੇ ਮਕਸਦ ਨਾਲ ਤਿਆਰ ਕੀਤਾ ਗਿਆ। ਭਾਰਤੀ ਯਾਤਰੀਆਂ ਦੀ ਗੱਲ ਕਰੀਏ ਤਾਂ ਇਸ ਸਮੇਂ ਦੁਬਈ, ਦਿੱਲੀ, ਕੋਚੀ, ਚੇਨਈ, ਹੈਦਰਾਬਾਦ, ਅਹਿਮਦਾਬਾਦ, ਬੰਗਲੁਰੂ, ਲਖਨਊ, ਕੋਲਕਾਤਾ ਦੇ ਵਿੱਚ 10 ਵੀਜ਼ਾ ਸੁਵਿਧਾ ਕੇਂਦਰ ਮੌਜੂਦ ਨੇ। ਕਈ ਦੂਜੇ ਸ਼ਹਿਰਾਂ ਦੇ ਵਿੱਚ ਵੀ ਅਜਿਹੇ ਕੇਂਦਰ ਬਣਾਉਣ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਦਰਅਸਲ ਸਾਊਦੀ ਅਰਬ ਵਿਜ਼ਨ 2030 ਦੇ ਤਹਿਤ ਅਜਿਹਾ ਕਰ ਰਿਹਾ ਜਿਸ ਦਾ ਟੀਚਾ 2030 ਤੱਕ 75 ਲੱਖ ਭਾਰਤੀ ਯਾਤਰੀਆਂ ਨੂੰ ਸਾਊਦੀ ਅਰਬ ਬੁਲਾਉਂਦਾ ਹੈ। ਸਾਊਦੀ ਸਰਕਾਰ ਇਸ ਸਮੇਂ ਭਾਰਤ ਨੂੰ ਵੱਡੇ ਬਾਜ਼ਾਰ ਦੇ ਤੌਰ ਤੇ ਦੇਖ ਰਹੇ ਹਨ ਅਤੇ ਸਾਊਦੀ ਅਰਬ ਦਾ ਮੌਜੂਦਾ ਟੀਚਾ 2024 ਦੇ ਆਖਿਰ ਤੱਕ ਸੈਲਾਨੀਆਂ ਦੀ ਗਿਣਤੀ 22 ਲੱਖ ਕਰਨ ਦਾ ਹੈ। ਭਾਰਤੀ ਯਾਤਰੀ ਹੁਣ ਸਾਊਦੀ ਦੇ ਲਈ ਸਪੋਟ ਓਵਰ ਵੀਜ਼ਾ ਦੇ ਲਈ ਅਪਲਾਈ ਕਰ ਸਕਣਗੇ ਜਿਸ ਦੀ ਮਿਆਦ 96 ਘੰਟੇ ਦੀ ਹੋਵੇਗੀ ਅਤੇ ਇਸ ਨੂੰ ਪ੍ਰਸ਼ਾਸਨ ਅਤੇ ਬੀਮਾ ਸੇਵਾਵਾਂ ਦੇ ਲਈ ਮਾਮੂਲੀ ਫੀਸ 'ਤੇ ਸਾਊਦੀ ਏਅਰਲਾਈਨਸ ਦੀ ਵੈਬਸਾਈਟ 'ਤੇ 90 ਦਿਨ ਪਹਿਲਾਂ ਹਾਸਲ ਕੀਤਾ ਜਾ ਸਕਦਾ ਹੈ। ਵੀਜ਼ਾ ਔਨ ਅਰਾਈਵਲ ਦਾ ਬਦਲ ਵੀ ਸਾਊਦੀ ਅਰਬ ਦੇ ਵੱਲੋਂ ਦਿੱਤਾ ਜਾ ਰਿਹਾ। ਐਂਟਰੀ ਟਿਕਟ ਦੇ ਨਾਲ ਹੀ ਅਮਰੀਕਾ, ਬ੍ਰਿਟੇਨ ਜਾਂ ਫਿਰ ਸ਼ੈਨੇਗਨ ਦੇਸ਼ਾਂ ਤੋਂ ਆਮ ਸੈਲਾਨੀ ਜਾਂ ਫਿਰ ਕਾਰੋਬਾਰੀ ਵੀਜ਼ਾ ਦੇ ਬਰਾਬਰ ਮਾਪਦੰਡ ਪੂਰਾ ਕਰਨ ਵਾਲੇ ਯਾਤਰੀ ਸਾਊਦੀ ਅਰਬ ਦੇ ਵਿੱਚ ਏਅਰਪੋਰਟ 'ਤੇ ਸਿੱਧਾ ਵੀਜ਼ਾ ਹਾਸਲ ਕਰ ਸਕਦੇ ਨੇ। ਇਹਨਾਂ ਦੇਸ਼ਾਂ ਦੇ ਵਿੱਚ ਸਥਾਈ ਨਿਵਾਸ ਵਾਲੇ ਲੋਕ ਸਾਊਦੀ ਅਰਬ ਹਵਾਈ ਅੱਡਿਆਂ 'ਤੇ ਸਵੈ ਸੇਵਾ ਕਿਊਸਿਕ ਜਾਂ ਫਿਰ ਪਾਸਪੋਰਟ ਕੰਟਰੋਲ ਦਫ਼ਤਰਾਂ ਦੇ ਵਿੱਚ ਬੇਨਤੀ ਕਰ ਸਕਦੇ ਨੇ। ਇਸ ਦੇ ਨਾਲ ਹੀ ਜੋ ਲੋਕ ਲੋੜੀਂਦੇ ਮਾਪਦੰਡਾਂ ਦੇ ਤਹਿਤ ਪਾਤਰ ਨਹੀਂ ਹਨ ਉਹ ਭਾਰਤ ਦੇ ਵਿੱਚ ਤਾਸ਼ੀਰ ਕੇਂਦਰਾਂ ਦੇ ਜ਼ਰੀਏ ਵੀਜ਼ੇ ਲਈ ਅਪਲਾਈ ਕਰ ਸਕਦੇ ਨੇ। ਇਸ ਪ੍ਰਕਿਰਿਆ ਦੇ ਵਿੱਚ ਦਸਤਾਵੇਜ਼ ਤਿਆਰ ਕਰਨਾ, ਅਪਾਇੰਟਮੈਂਟ ਬੁਕਿੰਗ, ਅਰਜ਼ੀ ਜਮ੍ਹਾਂ ਕਰਨਾ, ਬਾਇਓਮੈਟ੍ਰਿਕ ਨਾਮਜ਼ਦਗੀ ਅਤੇ ਪਾਸਪੋਰਟ ਸ਼ਾਮਲ ਹੈ। ਇਹ ਸਾਰੇ ਵੀਜ਼ਾ ਉਮਰਾ ਕਰਨ ਲਈ ਵੀ ਮੰਨਣਯੋਗ ਹੋਣਗੇ। ਬਿਊਰੋ ਰਿਪੋਰਟ, ਹਮਦਰਦ TV।